श्रीमती अर्णा चौधरी जिंदाबाद, श्रीमती अर्णा चौधरी जिंदाबाद, मनोज महाजन मनोज गुप्ता उर्फ बिट्टू बने सिटी कांग्रेस कमेटी दे प्रधान। विधायिका अरुणा चौधरी ते सीनियर कांग्रेसी नेता अशोक चौधरी ने नियुक्ति पत्र दे के कीता सम्मानित। दीनानगर शहर च अज उस वेले खुशी दी लहर दौड़ गई जदों दीनानगर दे शहरी प्रधान वजो मनोज गुप्ता दे नाम दा ऐलान कर दिता गया। इस मौके ते विधायिका अरुणा चौधरी ते सीनियर कांग्रेसी नेता अशोक चौधरी ने नवे बने सिटी प्रधान नु नियुक्ति पत्र दे के सम्मानित किया। इस मौके ते शहर दे समूह कांग्रेसी वर्करां च पार्टी प्रति पूरा जोश पाया गया। ਗੁਆਂਢੀ ਦਾ ਨਹੀਂ ਪਤਾ ਹੁੰਦਾ ਵੀ ਇਹ ਕੀ ਕੰਮ ਕਰਦਾ, ਕਿੱਥੇ ਜਾਂਦਾ, ਕਿੱਥੇ ਨਹੀਂ ਜਾਂਦਾ। ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਨਾਂ, ਕਿਉਂਕਿ ਉੱਥੇ ਅਫੈਕਸ਼ਨ ਨਹੀਂ ਹੈ, ਉੱਥੇ ਕਮਰਸ਼ੀਅਲ ਰਿਲੇਸ਼ਨ ਇੱਕ ਦੂਸਰੇ ਦੇ ਨਾਲ। ਇਹ ਹਿੰਦੁਸਤਾਨ ਦੀ ਇੱਕ ਬੜੀ ਜਿਹਨੂੰ ਕਹਿ ਸਕਦੇ ਹਾਂ ਅਚੰਭੇ ਵਾਲੀ ਗੱਲ ਸਮਝੋ, ਜਾਂ ਸਾਡੇ ਬਲੱਡ ਦੇ ਵਿੱਚ, ਸਾਡੇ ਖੂਨ ਦੇ ਵਿੱਚ, ਹਿੰਦੁਸਤਾਨੀਆਂ ਦੇ ਖੂਨ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਪਿਆਰ ਬਹੁਤ ਹੈ। ਐਕਸੈਪਸ਼ਨ ਹੁੰਦੀ ਆ, ਚੇਨ ਸਨੇਚਰ ਵੀ ਇੱਥੇ ਨਾ, ਚੋਰੀ ਚਪੱਟੀ ਕਰਨ ਵਾਲੇ ਵੀ ਇੱਥੇ ਨੇ, ਪਰ ਉਹ 2-4-5% ਨੇ। ਜੇ ਹਿੰਦੁਸਤਾਨ 'ਚ 95% ਬੰਦੇ ਜਾਂ 90% ਬੰਦੇ ਇੱਕ ਦੂਸਰੇ ਦੀ ਮਦਦ ਕਰਨ ਵਾਲੇ ਨੇ, ਤਾਂ ਆਪਾਂ ਇਹ ਵੀ ਕਹਾਂਗੇ ਕਿ ਸਾਡੇ ਬਲੱਡ ਦੇ ਵਿੱਚ ਇਹ ਹੈ ਅਤੇ ਅਸੀਂ ਇੱਕ ਦੂਸਰੇ ਦੀ ਸਹਾਇਤਾ ਕਰ। ਜਿਹੜੀ ਕਾਂਗਰਸ ਪਾਰਟੀ ਵੱਲੋਂ ਮੈਡਮ ਅਰੁਣਾ ਚੌਧਰੀ ਵੱਲੋਂ ਅਤੇ ਬਹੁਤ ਸ਼ੋਕ ਜੀ ਵੱਲੋਂ ਜਿਹੜੀ ਐਡੀ ਵੱਡੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਆ, ਇਹਨੂੰ ਅਸੀਂ ਆਪਣੇ ਪੂਰੇ ਤਨ ਮਨ ਨਾਲ ਨਿਭਾਵਾਂਗੇ ਅਤੇ ਸਾਰੇ ਸ਼ਹਿਰ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਅਤੇ ਕਾਂਗਰਸ ਪਾਰਟੀ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲੈ ਕੇ ਜਾਵਾਂਗੇ। ਅਤੇ ਕਾਂਗਰਸ ਪਾਰਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ। ਇਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਫੈਬਰਵਰੀ ਦੇ ਵਿੱਚ ਸਾਡੇ ਜਿਹੜੇ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੀਗੇ ਮਿਸਟਰ ਸਤਿੰਦਰ ਮਹਾਜਨ ਜੀ, ਉਹਨਾਂ ਦੀ ਅਨਫਾਰਚੂਨੇਟਲੀ ਅਨਟਾਈਮਲੀ ਡੈਥ ਹੋ ਗਈ ਸੀ ਅਤੇ ਕਾਫੀ ਦੇਰ ਤੋਂ ਇਹ ਪੋਸਟ ਵੇਕੈਂਟ ਪਈ ਸੀ ਕਿ ਦੀਨਾਨਗਰ ਸਿਟੀ ਕਾਂਗਰਸ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਆਪਣਾ ਮਨੋਜ ਗੁਪਤਾ ਜੀ, ਜਿਹੜੇ ਸਾਡੇ ਕਾਉਂਸਲਰ ਵੀ ਨੇ, ਇਹਨਾਂ ਨੂੰ ਬਣਾਇਆ ਗਿਆ ਅਤੇ ਅੱਜ ਉਹਨਾਂ ਨੂੰ ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਜੋ ਹਲਕੇ ਦੀ ਵਿਧਾਇਕਾ ਅਤੇ ਸਾਬਕਾ ਮੰਤਰੀ ਨੇ, ਉਹਨਾਂ ਵੱਲੋਂ ਅਪੁਆਇੰਟਮੈਂਟ ਲੈਟਰ ਇਹਨਾਂ ਨੂੰ ਸੌਂਪਿਆ ਗਿਆ ਅਤੇ ਬਾਕੀ ਜਿਹੜੀ ਹੁਣ ਸਿਟੀ ਕਾਂਗਰਸ ਕਮੇਟੀ ਦੇ ਬਾਕੀ ਅਹੁਦੇਦਾਰ ਨੇ ਉਹ ਮਨੋਜ ਗੁਪਤਾ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਉਹ ਥੋੜ੍ਹੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਅਪੁਆਇੰਟਮੈਂਟ ਲੈਟਰ ਜਿਹੜੇ ਆ ਉਹ ਦੇ ਦਿਆਂਗੇ। ਮੈਂ ਪਰਮਾਤਮਾ ਪਾਸੋਂ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਔਰ ਇਹ ਤਮੰਨਾ ਕਰਦਾ ਕਿ ਤਕੜੇ ਹੋ ਕੇ ਜਿਵੇਂ ਅੱਗੇ ਪਾਰਟੀ ਦਾ ਕੰਮ ਕਰਦੇ ਨੇ ਉਸੇ ਤਰ੍ਹਾਂ ਆਪਣੇ ਇਲਾਕੇ ਦਾ ਦੀਨਾਨਗਰ ਦਾ ਤਕੜੇ ਹੋ ਕੇ ਕੰਮ ਕਰਨ ਔਰ ਪਾਰਟੀ ਨੂੰ ਅੱਗੇ ਲੈ ਕੇ ਜਾਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ।